ਉਹਣਾ ਨੇ ਇਹ ਗੱਲ ਕਹਿੰਦੇ ਹੋਏ ਕਿ ਮਾਈ ਗਵਰਨਮੈਂਟ ਤੁਹਾਨੂੰ ਯੂਜ਼ ਕਰਨਾ ਹੈ ਕਿਉਂਕਿ ਸੁਪਰੀਮ ਕੋਰਟ ਕਹਿੰਦੀ ਹੈ ਕਿ ਮੰਤਰੀ ਪ੍ਰਸ਼ਦ ਨੇ ਕਿਸ ਪਾਸ ਕੀਤਾ ਤੇ ਰਾਜਪਦ ਨਹੀਂ ਬਣਨਾ ਚਾਹੀਦਾ ਅਡਰੈਸ ਤਾਂ ਪਹਿਲਾਂ ਵੀ ਇਦਾਂ ਹੀ ਹੁੰਦੇ ਜਿਹਦੀ ਵੀ ਸਰਕਾਰ ਹੁੰਦੀ ਹੈ ਉਹਦੇ ਦੁਆਰਾ ਤਿਆਰ ਕੀਤੇ ਜਾਂਦੇ ਨੇ ਇਹ ਆਮ ਆਦਮੀ ਪਾਰਟੀ ਦਾ ਅਡਰੈਸ ਵੀ ਝੂਠਾ ਭੁਲੰਦਾ ਹੈ ਇਸ ਵੇਲੇ ਪੰਜਾਬ ਸਹਿਮਿਆ ਹੋਇਆ ਡਰਿਆ ਹੋਇਆ ਪੰਜਾਬ ਚ ਅਮਨ ਦਾ ਰਾਜ ਨਹੀਂ ਹੈ ਕਾਨੂੰਨ ਦਾ ਰਾਜ ਨਹੀਂ ਹੈ ਪੰਜਾਬ ਚ ਦੇ ਭਾਈਚਾਰੇ ਨੂੰ ਕਮਜ਼ੋਰ ਕਰਨ ਲਈ ਵੀ ਬਹੁਤ ਸਾਰੀਆਂ ਤਾਸ਼ਕਾਨ ਲੱਗੀਆਂ ਉਹ ਟੀਆਰਪੀ ਵਧਾਨ ਦੇ ਚੱਕਰ ਚ ਇਦਾਂ ਦੀਆਂ ਖਬਰਾਂ ਨਾ ਕਰੋ ਜਿਹੜੇ ਮੇਰੇ ਪੰਜਾਬ ਨੂੰ ਕਮਜ਼ੋਰ ਕਰੇ ਅੱਜ ਪੰਜਾਬ ਵਿਧਾਨ ਸਭਾ ਦਾ ਪਹਿਲਾ ਦਿਨ ਸੀਗਾ ਤੇ ਪਹਿਲੇ ਦਿਨ ਹੀ ਕਿਤਨੇ ਕਿਤੇ ਵਿਧਾਨ ਸਭਾ ਦੇ ਵਿੱਚ ਤਕਰਾਰ ਹੁੰਦੀ ਨਜ਼ਰ ਆਈ ਜਿੱਥੇ ਇੱਕ ਪਾਸੇ ਪੰਜਾਬ ਦੇ ਰਾਜਪਾਲ ਵੱਲੋਂ ਜਦੋਂ ਐਡਰੈਸ ਸ਼ੁਰੂ ਕੀਤਾ ਗਿਆ ਉੱਥੇ ਦੂਜੇ ਪਾਸੇ ਚ ਕਰ ਗੱਲ ਕੀਤੀ ਜਾਵੇ ਤਾਂ ਇੱਕ ਐਸਾ ਨਜ਼ਾਰਾ ਦੇਖਣ ਨੂੰ ਮਿਲਿਆ ਕਿ ਵਿਰੋਧੀ ਧਿਰ ਕਾਂਗਰਸ ਬਾਹਰ ਨਿਕਲਦੀ ਨਜ਼ਰ ਆਈ ਕੀ ਕੁਝ ਅੰਤਰ ਹੋਰ ਵਾਪਰਿਆ ਕਿਸ ਤਰੀਕੇ ਨਾਲ ਸਾਰੀ ਜਿਹੜਾ ਜਿਹੜਾ ਹਾਲ ਬੜਾ ਇਸ ਵਾਕਤ ਸਾਡਾ ਗੱਲ ਕਰਨੀ ਅੱਜ ਭਾਜਪਾ ਪ੍ਰਧਾਨ ਪੰਜਾਬ ਅਸ਼ਵਨੀ ਸ਼ਰਮਾ ਜੀ ਨੂੰ ਸੋ ਸ਼ਰਮਾ ਜੀ ਕਿੱਦਾਂ ਦੇਖਿਆ ਜਾਵੇ ਕਿ ਅੱਜ ਇੱਕ ਪਾਸੇ ਜਦੋਂ ਗਵਰਨਰਸ ਅਡਰੈਸ ਸ਼ੁਰੂ ਹੋਇਆ ਨਾਲ ਹੀ ਜਿਹੜਾ ਹੈ ਵਿਰੋਧ ਸ਼ੁਰੂ ਹੋ ਗਿਆ ਉਸ ਤੋਂ ਬਾਅਦ ਕਾਂਗਰਸ ਜਿਹੜੀ ਹੈ ਆਪੋਜੀਸ਼ਨ ਦੇ ਤੌਰ ਦੇ ਉੱਤੇ ਉਹ ਵਾਕ ਆਊਟ ਕਰਦੀ ਹੋਈ ਨਜ਼ਰ ਆਈ ਐਸਾ ਕਿ ਰਾਜਪਾਲ ਜੀ ਦੇ ਭਾਸ਼ਣ ਦੇ ਅੰਦਰ ਜਦੋਂ ਮਾਈ ਗਵਰਨਮੈਂਟ ਸ਼ਬਦਾਂ ਪ੍ਰਯੋਗ ਹੋਇਆ ਜੀ ਤੇ ਨੇਤਾ ਵਿਰੋਧੀ ਧੜੇ ਨੇ ਇਹ ਪ੍ਰਸ਼ਨ ਪੇਦਾ ਕੀਤਾ ਕਿ ਜਿਨ੍ਹਾਂ ਲਈ ਤੁਸੀਂ ਕਹਿ ਰਹੇ ਹੋ ਕਿ ਮੇਰੀ ਗਵਰਨਮੈਂਟ ਹੈ ਇਹ ਮੰਦੇ ਹੈ ਕਿ ਤੁਹਾਡੀ ਗਵਰਨਮੈਂਟ ਹੈ ਕਿਉਂਕਿ ਪਿਛਲੇ ਦਿਨੀ ਜਿਸ ਤਰੀਕੇ ਦੇ ਨਾਲ ਇਹਨਾਂ ਨੇ ਸਿਲੈਕਟਿਡ ਸ਼ਬਦ ਦਾ ਪ੍ਰਯੋਗ ਕੀਤਾ ਤੇ ਉਸ ਤੋਂ ਬਾਅਦ ਤੁਸੀਂ ਮਾਈ ਗਵਰਨਮੈਂਟ ਕਹਿ ਰਹੇ ਹੋ ਤੇ ਉਸ ਵੇਲੇ ਫਿਰ ਮੁੱਖ ਮੰਤਰੀ ਨੇ ਖੜੇ ਹੋ ਕੇ ਕਿਹਾ ਜੀ ਕਿ ਅਸੀਂ विदा ਜਿਹੜਾ ਸਾਡਾ ਮੰਤਰੀ ਮੰਡਲ ਹੈ ਉਹਦੇ ਚ ਇਹ ਸਾਰਾ ਭਾਸ਼ਣ ਤੁਹਾਡਾ ਪਾਸ ਕਰਵਾਇਆ ਹੈ ਇਹ ਚ ਮਾਈ ਗਵਰਨਮੈਂਟ ਜਿਹੜਾ ਤੁਹਾਡੇ ਲਈ ਲਿਖਿਆ ਹੈ ਇਹਦਾ ਮਤਲਬ ਕਿਤੇ ਨਾ ਕਿਤੇ ਮੰਨਦੇ ਨੇ ਕਿ ਗਵਰਨਮੈਂਟ ਦੇ ਹੈਡ ਤੁਸੀਂ ਹੋ ਲੇਕਿਨ ਇਹ ਗੱਲ ਸਿੱਧੀ ਹੋ ਕੇ ਉਹਨਾਂ ਨੂੰ ਖੜਾ ਖੜੇ ਹੋ ਕੇ ਇਹ ਜਵਾਬ ਦੇ ਦਿੰਦੇ ਕਿ ਹਾਂ ਜੀ ਤੁਸੀਂ ਸਾਡੇ ਸੰਵਿਧਾਨਿਕ ਹੈਡ ਹੋ ਤੁਹਾਡੇ ਨਾਂ ਤੇ ਸਰਕਾਰ ਚੱਲਦੀ ਹੈ ਤੇ ਮੈਨੂੰ ਲੱਗਦਾ ਵਿਸ਼ੇਸ਼ ਸਮਾਪਤ ਹੋ ਜਾਂਦਾ ਉਸ ਵੇਲੇ ਵੀ ਮੁੱਖ ਮੰਤਰੀ ਦਾ ਅਭਿਮਾਨ ਸੱਤਾ ਦਾ ਨਸ਼ਾ ਸਾਫ ਦਿਖਿਆ ਉਹਨਾਂ ਨੇ ਇਹ ਗੱਲ ਕਹਿੰਦੇ ਹੋਏ ਕਿ ਮਾਈ ਗਵਰਨਮੈਂਟ ਤੁਹਾਨੂੰ ਯੂਜ਼ ਕਰਨਾ ਹੈ ਕਿਉਂਕਿ ਸੁਪਰੀਮ ਕੋਰਟ ਕਹਿੰਦੀ ਹੈ ਕਿ ਮੰਤਰੀ ਪਰਿਸ਼ਦ ਨੇ ਕੁਝ ਪਾਸ ਕੀਤਾ ਤੇ ਰਾਜਪਾਲ ਨੂੰ ਮਨਣਾ ਚਾਹੀਦਾ ਪਰ ਰਾਜਪਾਲ ਨੇ ਜਦੋਂ ਜਾਣਕਾਰੀ ਮੰਗੀ ਸੀ ਉਹੀ ਸੁਪਰੀਮ ਕੋਰਟ ਨੇ ਤੇ ਟਿੱਪਣੀ ਕੀਤੀ ਹੈ ਕਿ ਤੁਸੀਂ ਬਾਉਂਡ ਹੋ ਭਵੰਦੋ ਜਵਾਬ ਦੇਣ ਲਈ ਉਸ ਵੇਲੇ ਤੁਸੀਂ ਸੈਲੈਕਟਡ ਗਿਆ ਸੀ ਇਹ ਇਸ ਗੱਲ ਦੇ ਉੱਤੇ ਕਾਂਗਰਸ ਨੇ ਪ੍ਰਸ਼ਨ ਖੜੇ ਕੀਤੇ ਸੀ ਉਹਨਾਂ ਦਾ ਵਿਸ਼ਾ ਠੀਕ ਸੀ ਲੇਕਿਨ ਫਿਰ ਵੀ ਮੈਨੂੰ ਲੱਗਦਾ ਹੈ ਕਿ ਉਹਨਾਂ ਨੂੰ ਆਪਣੀ ਗੱਲ ਕਹਿਣ ਤੋਂ ਬਾਅਦ ਰਾਜਪਾਲ ਜੀ ਦੇ ਭਾਸ਼ਣ ਨੂੰ ਸੁਣਨਾ ਚਾਹੀਦਾ ਸਰ ਰਾਜਪਾਲ ਸਾਹਿਬ ਜੀ ਕਰ ਗੱਲ ਕਿਤੇ ਜਾਵੇ ਭਾਸ਼ਣ ਦੇ ਅਖੀਰ ਚ ਕਿਤੇ ਨਾ ਕਿਤੇ ਉਹ ਜ਼ਰੂਰ ਕਹਿੰਦੇ ਨਜ਼ਰ ਆਇਆ ਕਿ ਮੈਨੂੰ ਕੌਨਫੀਡੈਂਸ ਦੇ ਕਾਹਨ ਵਾਲੇ ਸਮੇਂ ਦੇ ਵਿੱਚ ਪੰਜਾਬ ਸਰਕਾਰ ਤੇ ਰਾਜਪਾਲ ਦੇ ਵਿੱਚ ਜਿਹੜਾ ਤਾਲਮੇਲ ਜਿਹੜਾ ਬਣਿਆ ਰਹੂਗਾ ਹੋਰ ਵੀ ਕਈ ਗੱਲਾਂ ਕਰਦੇ ਹੋਏ ਨਜ਼ਰ ਆਇਆ ਹੋਰ ਵੀ ਅਜਿਹਾ ਕਹਿੰਦੇ ਨਜ਼ਰ ਆਇਆ ਕਿ ਕਿਤੇ ਨਾ ਮਤਲਬ ਕੀ ਜਾ ਸਕਦਾ ਹੈ ਕਿ ਉਹ ਪੋਜ਼ਿਟਿਵ ਹੋਪ ਜਿਹੜੀ ਹੈ ਕਿਤੇ ਨਾ ਕਿਤੇ ਜ਼ਰੂਰ ਨਜ਼ਰ ਆਈ ਹੈ ਨਹੀਂ ਨਹੀਂ ਦੋਨਾਂ ਦੇ ਆਪਣੇ ਆਪਣੇ দায়িত্ব ਨੇ ਰਾਜਪਾਲ ਜੀ ਦਾ ਇਹ ਆਪਣਾ দায়িত্ব ਹੈ ਸਰਕਾਰ ਦਾ ਆਪਣਾ ਦਾ দায়িত্ব ਹੈ ਦੋਨੋਂ ਆਪਣੇ ਧਾਈਤਵ ਦਾ ਨਿਰਵਾਹ ਕਰਨ ਤੇ ਮੈਨੂੰ ਲੱਗਦਾ ਕਿ ਕੋਈ ਪ੍ਰੋਬਲਮ ਨਹੀਂ ਹੈ ਰਾਜਪਾਲ ਵੱਲੋਂ ਸਰਕਾਰ ਨੂੰ ਵੀ ਉਸੇ ਤਰੀਕੇ ਦੇ ਨਾਲ ਆਪਣੇ ਕਮੇ ਦਾ ਪਾਲਣ ਕਰਨਾ ਚਾਹੀਦਾ ਕਿੱਦਾਂ ਦੇਖਿਆ ਜਾਵੇ ਕਿਉਂਕਿ ਆਪੋਜੀਸ਼ਨ ਜਿਹੜੀ ਹੈ ਕਾਂਗਰਸ ਜਿਹੜੀ ਹੈ ਸਿੱਧੇ ਤੌਰ ਤੇ ਇਹ ਵੀ ਕਹਿਦੀ ਹੋਈ ਨਜ਼ਰ ਆਇਆ ਕਿ ਹੱਲੇ ਵੀ ਕਿਤੇ ਨਾ ਕਿਤੇ ਰੇਡ ਕਾ ਜਿਹੜਾ ਉਹ ਜ਼ਰੂਰ ਬਣਿਆ ਹੋਇਆ ਨਜ਼ਰ ਆਇਆ ਫਿਰ ਉਹ ਇਹ ਵੀ ਕਹਿੰਦੇ ਨਜ਼ਰ ਆਏ ਨੇ ਕਿ ਜਿਹੜਾ ਅੱਜ ਰਾਜਪਾਲ ਸਾਹਿਬ ਨੇ ਜਿਹੜਾ ਐਡਰੈਸ ਪੜ੍ਹਿਆ ਉਹ ਐਡਰੈਸ ਇੱਕ ਮਜਬੂਰੀ ਚ ਪੜਿਆ ਕਿ ਲੱਗਦਾ ਤੁਹਾਨੂੰ ਕਿ ਕਿਤੇ ਨਾ ਕਿਤੇ ਮਜਬੂਰੀ ਸੀ ਦੇਖੋ ਅਡਰੈਸ ਤਾਂ ਪਹਿਲਾਂ ਵੀ ਇਦਾਂ ਹੀ ਹੁੰਦੇ ਆ ਜਿਹਦੀ ਵੀ ਸਰਕਾਰ ਹੁੰਦੀ ਹੈ ਉਹਦੇ ਦੁਆਰਾ ਤਿਆਰ ਕੀਤੇ ਜਾਂਦੇ ਨੇ ਇਹ ਆਮ ਆਦਮੀ ਪਾਰਟੀ ਦਾ ਅਡਰੈਸ ਵੀ ਝੂਟਦਾ ਪੁਲੰਦਾ ਹੈ ਪੂਰੀ ਤਰ੍ਹਾਂ ਨਾਲ ਝੂਟਦਾ ਪੁਲੰਦਾ ਹੈ ਲੇਕਿਨ ਕਿਉਂਕਿ ਕੈਬਨਿਟ ਦਾ ਨੇ ਪਾਸ ਕੀਤਾ ਹੁੰਦਾ ਰਾਜਪਾਲ ਨੂੰ ਮਨ ਉਹਨੂੰ ਪੜਦੇ ਨੇ ਉਹ ਇੱਕ ਪਰੰਪਰਾ ਹੈਗੀ ਉਹ ਪਰੰਪਰਾ ਦਾ ਨਿਰਵਾਹ ਹੈ ਇਹਦਾ ਪੋਸਟਮਾਰਟਮ ਤਾਂ ਜਦੋਂ ਰਾਜਪਾਲ ਦੇ ਅਡਰੈਸ ਦੇ ਉੱਤੇ ਸਰਕਾਰ ਧੰਨਵਾਦ ਮਤਾ ਲੈ ਕੇ ਆਏਗੀ ਇਹਦੇ ਇੱਕ ਇੱਕ ਬਿੰਦੂ ਦਾ ਪੋਸਟਮਾਰਟਮ ਹੋਏਗਾ ਔਰ ਇਹ ਸਰਕਾਰ ਨੇ ਜੋ ਕੁਝ ਲਿਖਿਆ ਇਹ ਬਿਲ ਪੂਰਾ ਖੋਖਲਾ ਪੰ ਸਰਕਾਰ ਦਾ ਇੱਕ ਸਾਲ ਦਾ ਲੱਗਦਾ ਹੈ ਲੇਕਿਨ ਇਸ ਤੋਂ ਵੀ ਮਹੱਤਵਪੂਰਨ ਇਹ ਹੈ ਅੱਜ ਜਿਹੜਾ ਸੈਸ਼ਨ ਜਿਸ ਵੇਲੇ ਹੋ ਰਿਹਾ ਹੈ ਜੀ ਉਸ ਵੇਲੇ ਪੰਜਾਬ ਸਹਿਮਿਆ ਹੋਇਆ ਡਰਿਆ ਹੋਇਆ ਹੈ ਪੰਜਾਬ ਚ ਅਮਨ ਦਾ ਰਾਜ ਨਹੀਂ ਹੈ ਕਾਨੂੰਨ ਦਾ ਰਾਜ ਨਹੀਂ ਹੈ ਪੰਜਾਬ ਚ ਦੇ ਭਾਈਚਾਰੇ ਨੂੰ ਕਮਜ਼ੋਰ ਕਰਨ ਲਈ ਵੀ ਬਹੁਤ ਸਾਰੀਆਂ ਤਾਕਤਾਂ ਲੱਗੀਆਂ ਹੋਈਆਂ ਤੁਸੀਂ ਆਪੇ ਸੋਚੋ 1 ਸਾਲ ਹੋ ਗਿਆ ਇਸ ਸਰਕਾਰ ਨੂੰ ਬਣਨ ਚ ਕੋਈ ਦਿਹਾੜਾ ਐਸਾ ਨਹੀਂ ਲੰਘਦਾ ਕੋਈ ਦਿਨ ਐਸਾ ਨਹੀਂ ਲੰਘਦਾ ਜਿਸ ਦਿਨ ਕਤਲ ਨਹੀਂ ਹੁੰਦਾ ਟੈਲੀਫੋਨ ਤੇ ਧਮਕੀਆਂ ਮਿਲਦੀਆਂ ਲੋਕਾਂ ਨੂੰ ਫਰੋਤੀਆਂ ਮੰਗੀਆਂ ਜਾਂਦੀਆਂ ਸ਼ਰਿਆਮ ਗੁੰਡਾਗਰਦੀ ਹੁੰਦੀ ਹੈ ਗੈਂਗਸਟਰ ਰਾਜ ਹੁੰਦਾ ਇਹਨਾਂ ਦੇ ਰਾਜ ਚ ਜੇਲ੍ਹਾਂ ਵੀ ਸੁਰੱਖਿਤ ਨਹੀਂ ਇਨਾ ਚਿਰ ਦੇ ਰਾਜ ਦੇ ਅੰਦਰ ਪੰਜਾਬ ਦੇ ਭਾਈਚਾਰੇ ਨੂੰ ਕਮਜ਼ੋਰ ਕਰਨ ਵਾਲੀਆਂ ਤਾਕਤਾਂ ਸਿਰ ਚੁੱਕ ਰਹੀਆਂ ਔਰ ਇਹ ਨੀਰੋਦੀ ਤਰ੍ਹਾਂ ਬੰਸੀ ਵਜਾਈ ਜਾ ਰਹੇ ਨੇ ਸਰਵਾਜੀ ਇਹਦੇ ਵਿੱਚ ਜੀ ਤਾਕਤਾਂ ਦੀ ਜ਼ਿਕਰ ਕਰੀਏ ਤਾਕਤਾਂ ਦਾ ਜ਼ਿਕਰ ਦੇ ਵਿੱਚ ਵੇਹੀ ਗੱਲ ਕਹੀ ਜਾਂਦੀ ਕਿ ਜਿਹੜੀਆਂ ਤਾਕਤਾਂ ਜਿਹੜੀਆਂ ਨੇ ਪੰਜਾਬ ਦਾ ਮਾਹੌਲ ਖਰਾਬ ਕਰ ਰਹੇ ਨੇ ਉਹਨਾਂ ਤਾਕਤਾਂ ਦੀ ਜਿਹੜੀਆਂ ਗੱਡੀਆਂ ਨੇ ਉਹਨਾਂ ਤੇ ਭਾਜਪਾ ਦੇ ਕਿਸੇ ਬੰਦੇ ਦਾ ਨਾਮ ਸਾਹਮਣੇ ਆ ਜਾਂਦਾ ਇਸ ਸਵਾਲ ਜ਼ਰੂਰ ਇਸ ਸਵਾਲ ਕਿਉਂਕਿ ਦੇਖੋ ਇਹ ਅਸੀਂ ਵੀ ਕਹਿੰਦੇ ਜੋ ਗੱਲਾਂ ਉੱਠਦੀਆਂ ਨੇ ਸਾਡਾ ਇੱਕ ਜਨਤਾ ਦੇ ਪ੍ਰਤੀਨਿਧੀ ਹੋਣ ਦੇ ਨਾ ਤੇ ਸਵਾਲ ਪੁੱਛਣਾ ਜ਼ਰੂਰ ਬਣਦਾ ਨਹੀਂ ਤੁਸੀਂ ਖੋਜੀ ਪੱਤਰਕਾਰ ਹੋ ਇਹ ਸਵਾਲ ਬੰਦਾ ਨਹੀਂ ਹੈ ਰਹਿਮ ਕਰੋ ਪੰਜਾਬ ਤੇ ਤੱਥਿਆਂ ਦੀ ਜਾਣਕਾਰੀ ਪ੍ਰਾਪਤ ਕਰੋ ਇਹ ਛੋਟੇ ਛੋਟੇ ਵੈਬ ਚੈਨਲ ਤਾਂ ਕਰ ਸਕਦੇ ਐ ਸੈਂਸੇਸ਼ਨ ਪੜਾ ਸਕਦੇ ਆ ਤੁਸੀਂ ਰਿਸਪੌਂਸੀਬਲ ਚੈਨਲ ਹੋ ਸਾਰੇ ਯਾਰ ਤੁਸੀਂ ਪਤਾ ਤੇ ਕਰੋ ਨਾ ਕਿ ਉਹ ਗੱਡੀ ਕਿਦੀ ਐ ਉਹਦਾ ਮਾਲਕ ਐ ਜੇ ਤੁਹਾਨੂੰ ਜਾਣਕਾਰੀ ਨਹੀਂ ਐ ਤੇ ਅੱਜ ਕੱਲ ਤਾਂ ਨੰਬਰ ਤਾਂ ਆ ਰਿਹਾ ਸੀ ਤੁਸੀਂ ਆਪਣੇ ਮੋਬਾਈਲ ਦੀ ਸਾਈਡ ਖੋਲ ਕੇ ਨੰਬਰ ਪਾਉਂਦੇ ਦੇਖ ਲੈਂਦੇ ਮਾਲਕ ਕੌਣ ਆ ਭਾਈ ਰਜਿਸਟ੍ਰੇਸ਼ਨ ਤਰਨ ਤਰਨ ਤੋਂ ਹੋਈ ਐ ਰਵੇਲ ਸਿੰਘ ਦਾ ਨਾਂ ਐ ਬੰਦੇ ਦਾ ਐਨ ਆਰ ਆਈ ਐ ਉਹਨੂੰ ਗੱਡੀ ਖਰੀਦੀ ਐ ਬੇਚਨ ਵਾਲਾ ਗੁੜਗਾਉਂ ਦਾ ਹੈ। ਹੂੰ। ਭਾਜਪਾ ਕਿੱਥੋਂ ਆ ਗਈ ਵਿੱਚ? ਉਹ ਰਾਂ ਰਹਿਮ ਕਰੋ ਪੰਜਾਬ ਦੇ ਅਮਨ ਤੇ ਸ਼ਾਂਤੀ ਤੇ ਮੈਂ ਹੱਥ ਜੋੜ ਕੇ ਸਭ ਨੂੰ ਕਹਿਣਾ ਉਹ ਟੀਆਰਪੀ ਵਿਧਾਨ ਦੇ ਚੱਕਰ 'ਚ ਇਦਾਂ ਦੀਆਂ ਖਬਰਾਂ ਨਾ ਕਰੋ ਜਿਹੜੇ ਮੇਰੇ ਪੰਜਾਬ ਨੂੰ ਕਮਜ਼ੋਰ ਕਰੇ। ਜੀ ਇਹ ਦੋਨਾ ਚਾਹੁੰਦੇ ਕਿਉਂਕਿ ਤੁਸੀਂ ਪੰਜਾਬ ਭਾਜਪਾ ਦੇ ਪ੍ਰਧਾਨ ਹੋ ਜੀ। ਆਪਾਂ ਉਸ ਵੱਲੋਂ ਇੱਕ ਆਫੀਸ਼ੀਅਲ ਵਰਜ਼ਨ ਲਿਆ। ਮੈਂ ਤੁਹਾਡੇ ਤੇ ਕੋਈ ਇਕੱਲੇ ਪ੍ਰਸ਼ਨ ਚ ਨਹੀਂ ਖੜਾ ਕਰ ਰਿਹਾ। ਮੈਂ ਸਭ ਨੂੰ ਕਹਿ ਰਿਹਾ। ਮੈਂ ਸਭ ਨੂੰ ਕਹਿ ਰਿਹਾ। ਕੀ ਅਮਨ ਸ਼ਾਂਤੀ ਪਾਈਚਾਰਾ ਐਸੀ ਕੋਈ ਵੀ ਖਬਰ ਦਖਾਨ ਤੋਂ ਪਹਿਲਾਂ ਉਹਦੀ ਘੋਕ ਕਰ ਲੋ ਕਿ ਆ ਜਿਨ੍ਹਾਂ ਨੇ ਖਬਰਾਂ ਦਿਖਾਈਆਂ ਉਹਨਾਂ ਦਾ ਇਤਨਾ ਵਿਸ਼ਾਲ ਹਿਰਦੇ ਹੈਗਾ ਕਿ ਇਹ ਸਾਰੀ ਗੱਲ ਜਦੋਂ ਖੁੱਲ ਗਈ ਹੈ ਕਿ ਉਹ ਰਵੇਲ ਸਿੰਘ ਦੀ ਗੱਡੀ ਹੈ ਕਿ ਆ ਉਹ ਚੈਨਲ ਖੜੇ ਹੋ ਕੇ ਇਹ ਗੱਲ ਕਹਿਣਗੇ ਕਿ ਭਈ ਸਾਡੀ ਖਬਰ ਚ ਅੱਧੀ ਅਧੂਰੀ ਸੀ ਸਾਨੂੰ ਜਾਣਕਾਰੀ ਨਹੀਂ ਸੀ ਉਹ ਰਵੇਲ ਸਿੰਘ ਦੀ ਗੱਡੀ ਹੈ ਮਜ਼ਾ ਆ ਜੇ ਫਿਰ ਫੇਦਾ ਲੱਗੇ ਨਾ ਕਿ ਕੋਈ ਕੁਲਾਪਨਗਾ ਲੋਕਤੰਤਰ ਦੇ ਅੰਦਰ ਲੇਕਿਨ ਕੋਈ ਨਹੀਂ ਕਹੇਗਾ ਪੰਜਾਬ ਦੇ ਭਾਜਪਾ ਦੇ ਪ੍ਰਧਾਨ ਅਸ਼wini ਸ਼ਰਮਾ ਜੋ ਕਿ ਸਿੱਧੇ ਤੌਰ ਦੇ ਉਤੇ ਅੱਜ ਜੋ ਵਿਧਾਨ ਸਭਾ ਦੇ ਵਿੱਚ ਹੋਇਆ ਉਸ ਦੇ ਉੱਤੇ ਬੋਲਦੇ ਹੋਏ ਨਜ਼ਰ ਆਏ ਇਹ ਵੀ ਕਹਿੰਦੇ ਹੋਏ ਨਜ਼ਰ ਆਏ ਸਵਾਲ ਜ਼ਰੂਰ ਸਹੀ ਸੀ ਕਾਂਗਰਸ ਦਾ ਪਰ ਜਿਹੜਾ ਗਵਰਨਰਸ ਅਡਰੈਸ ਹੈ ਉਹ ਪੂਰਾ ਸੁਣਨਾ ਚਾਹੀਦਾ ਸੀਗਾ ਤੇ ਨਨਨਾਲ ਹੁਣ ਆਉਂਦੇ ਸਮੇਂ ਦੇ ਵਿੱਚ ਕੀ ਕੁਝ ਦੇਖਣ ਨੂੰ ਮਿਲੇਗਾ ਵਿਧਾਨ ਸਭਾ ਦੇ ਵਿੱਚ ਉਸ ਦਾ ਜ਼ਿਕਰ ਵੀ ਕਰਦੇ ਹੋਏ ਨਜ਼ਰ ਆਏ ਨੇ ਕੈਮਰਾ ਪਰਸੈਂਟ ਵੀ ਡੋਗਰਾ ਦੇ ਨਾਲ ਸਾਇਦ ਅਨਰੁਲਾ ਲਿਵਿੰਗ ਇਨ న్యూਸ ਚੰਡੀਗੜ੍ਹ